ਸਾਤਰੀਆ ਕਾਲ ਜੀ ਕੇ ਵੀ ਸਾਰੇ ਠੀਕੋ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਕਹਾਣੀ ਲੈ ਕੇ ਆ ਇੱਕ ਨੂ ਤੇ ਧੀ ਵਿੱਚ ਫਰਕ ਇਹ ਕਹਾਣੀ ਆਪਾਂ ਨੂੰ ਕਿਸੇ ਭੈਣ ਨੇ ਦਿੱਤੀ ਸੀ ਕਿ ਜਿਹੜਾ ਉਹਨਾਂ ਦੇ ਘਰੇ ਉਹਦੇ ਨਾਲ ਰੋਜ਼ ਵਿਹਾਰ ਹੁੰਦਾ ਜਾਂ ਹੋ ਚੁੱਕਿਆ ਕੀ ਹੋਇਆ ਸੀ ਕਿ ਇੱਕ ਕੁੜੀ ਜਿਹਦਾ ਨਾਮ ਸਿਮਰਨ ਸੀ ਉਹ ਉਹਦੀ ਨਾਨਾ ਸੀ ਤੇ ਹਰਮਨ ਉਹਦੇ ਪਰਜਾਈ ਸੀ ਸਿਮਰਨ ਆਪਣੇ ਪਿੱਕੇ ਆਈ ਹੋਈ ਸੀ ਤੇ ਉਹ ਆਪਣੀ ਮਾਂ ਦੀ ਬਹੁਤ ਲਾਡ ਲਈ ਧੀ ਤੇ ਉਹ ਥੋੜੇ ਕ ਟਾਈਮ ਦੀ ਗਰਭਵਤੀ ਔਰਤ ਸੀ ਮਤਲਬ 3 ਕ ਮਹੀਨੇ ਉਹਨੂੰ ਗਰਭਤੀ ਹੋਈ ਨ ਹੋਏ ਸੀਗੇ ਤੇ ਉਹਦਾ ਦਿਲ ਕਰ ਰਿਹਾ ਸੀ ਕਿ ਮੈਂ ਜਲੇਬੀਆਂ ਖਾਵਾਂ ਤਾਂ ਉਹਨੇ ਆਪਣੀ ਮੰਮੀ ਨੂੰ ਕਿਹਾ ਕਿ ਮੰਮੀ ਮੇਰਾ ਜਲੇਬੀਆਂ ਖਾਣ ਨੂੰ ਦਿਲ ਕਰ ਰਿਹਾ ਤਾਂ ਉਹਦੀ ਮੰਮੀ ਇਹ ਗੱਲ ਸੁਣ ਕੇ ਕਹਿ ਕਿ ਮੈਂ ਹੁਣੇ ਤੇਰੀ ਭਾਪੀ ਨੂੰ ਕਹਿੰਨੀ ਆ ਉਹ ਬਣਾ ਦਿੰਦੀ ਆ ਤਾਂ ਜਦੋਂ ਉਹਦੀ ਮੰਮੀ ਰਸੋਈ ਚ ਗਈ ਤੇ ਉਹਨੇ ਦੇਖਿਆ ਕਿ ਉਹ ਉਹਦੀ ਭਾਬੀ ਜਿਹੜੀ ਆ ਉਹ ਉੱਥੇ ਰਸੋਈ ਚ ਨਹੀਂ ਸੀ ਹੈਗੀ ਤਾਂ ਉਹ ਕਮਰੇ ਚ ਗਈ ਤਾਂ ਉਹਨੇ ਦੇਖਿਆ ਕਿ ਉਹ ਕਮਰੇ ਵਿੱਚ ਬੈਠੀ ਸੀ ਆਪਣੇ ਬੱਚੇ ਕੋਲ ਤਾਂ ਉਹਦੀ ਮੰਮੀ ਬੋਲੀ ਕਿ ਕੀ ਗੱਲ ਅੱਜ ਸਾਨੂੰ ਤੂੰ ਰੋਟੀ ਨਹੀਂ ਦੇਣੀ ਕੁਝ ਖਾਣ ਪੀਣ ਲਈ ਦੁਪਹਿਰੇ ਤੂੰ ਬਣਾਇਆ ਨਹੀਂ ਕੀ ਗੱਲ ਸਾਨੂੰ ਭੁੱਖ ਨਹੀਂ ਲੱਗੀ ਤਾਂ ਉਹ ਕਹਿੰਦੀ ਮੰਮੀ ਕੋਈ ਗੱਲ ਨਹੀਂ ਮੈਂ ਬਣਾ ਦਿੰਨੀ ਆ ਮੇਰੀ ਬੇਟੀ ਬਿਮਾਰ ਸੀ ਇਸ ਕਰਕੇ ਮੈਂ ਉਹਦੇ ਕੋਲ ਬੈਠੀ ਆ ਤਾਂ ਉਹ ਕਹਿੰਦੀ ਕੋਈ ਗੱਲ ਨਹੀਂ ਬੱਚੇ ਤਾਂ ਬਿਮਾਰ ਹੁੰਦੇ ਰਹਿੰਦੇ ਆ ਸੀ ਖਾਣਾ ਪ ਤੇ ਜਦੋਂ ਉਹਦੀ ਸੱਸ ਇਹ ਗੱਲ ਕਹਿ ਕੇ ਚਲੀ ਗਈ ਤਾਂ ਉਹ ਉੱਠ ਕੇ ਰਸੋਈ 'ਚ ਗਈ ਰਸੋਈ 'ਚ ਜਾ ਕੇ ਉਹਨੇ ਸੋਚਿਆ ਕਿ ਜੇ ਮੈਂ ਜਲੇਬੀਆਂ ਬਣਾਉਣ ਲੱਗੀ ਤਾਂ ਮੈਨੂੰ ਬਹੁਤ ਟਾਈਮ ਲੱਗ ਜੂਗਾ ਤਾਂ ਮੈਂ ਇਹ ਕਰਦੀ ਆ ਮਿੱਠੇ ਚੌਲੀ ਬਣਾ ਦੇਣੀ ਆ ਕਿ ਜੀ ਉਹਨਾਂ ਦਾ ਮਿੱਠਾ ਖਾਣ ਨੂੰ ਦਿਲ ਕਰ ਰਿਹਾ ਤਾਂ ਮੈਂ ਮਿੱਠੇ ਚੌਲ ਬਣਾ ਦੇਣੀ ਆ ਤੇ ਨਾਲ ਉਹਨੇ ਕਾਫੀ ਬਣਾ ਕੇ ਕਿਚਨ ਦੇ ਵਿੱਚ ਹੀ ਰੱਖ ਦਿੱਤੀ ਤੇ ਜਦੋਂ ਉਹਦੀ ਸੱਸ ਸੋਈ ਚ ਪਹੁੰਚੀ ਤੇ ਉਹਨੇ ਦੇਖਿਆ ਕਿ ਉਹਦੇ ਵੱਲੋਂ ਜਲੇਬੀਆਂ ਨਹੀਂ ਬਣਾਏ ਗੀਆਂ ਮਿੱਠੇ ਚੌਲ ਬਣਾਏ ਗਏ ਉਹ ਜਾ ਕੇ ਆਪਣੇ ਨੂੰ ਨੂੰ ਬੋਲਣ ਲੱਗੀ ਕਿ ਮੈਂ ਤੈਨੂੰ ਕੀ ਕਿਹਾ ਸੀ ਹੁਣ ਤੈਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਮੈਂ ਤੈਨੂੰ ਮਿੱਠੇ ਚੌਲ ਨਹੀਂ ਤੈਨੂੰ ਜਲੇਬੀਆਂ ਕਹੀਆਂ ਸੀ ਤਾਂ ਅੱਗੋਂ ਤਾਹਰ ਮੰਨ ਨੇ ਕਿਹਾ ਕਿ ਮੰਮੀ ਅੱਜ ਮੇਰਾ ਬੇਟਾ ਬਿਮਾਰ ਸੀ ਇਸ ਕਰਕੇ ਮੇਰਾ ਮਨ ਨਹੀਂ ਸੀ ਹੋ ਰਿਹਾ ਨਾਲੇ ਬੱਚਾ ਰੋ ਰਿਹਾ ਸੀ ਮੈਂ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਖੇਡ ਲਾ ਕੇ ਗਏ ਸੀ ਉਹਦਾ ਦਿਲ ਨਹੀਂ ਲੱਗ ਰਿਹਾ ਉਦੇ ਪਾਪਾ ਵੀ ਅੱਜ ਘਰ ਨਹੀਂ ਹੈਗੇ ਬਾਹਰ ਗਏ ਹੋਏ ਨੇ ਇਸ ਕਰਕੇ ਉਹਨੂੰ ਦਵਾਈ ਵੀ ਨਹੀਂ ਦਿਵਾ ਕੇ ਲਿਆ ਸਕੀ ਜਿਹੜੀ ਦਵਾਈ ਘਰੇ ਪਈ ਸੀ ਮੈਂ ਉਹੀ ਦੇ ਦਿੱਤੀ ਆ ਤਾਂ ਉਹਦੀ ਸੱਸ ਕਹਿੰਦੀ ਕਿ ਕੋਈ ਗੱਲ ਨਹੀਂ ਇਹਨੂੰ ਖੁਸ਼ ਨਹੀਂ ਹੁੰਦਾ ਕਿਤੇ ਨੇ ਇਹਨੂੰ ਕੁਝ ਹੁੰਦਾ ਤਾਂ ਉਹ ਕਹਿੰਦੀ ਕਿ ਮੰਮੀ ਤੁਹਾਨੂੰ ਤੁਹਾਡੀ ਬੇਟੀ ਦਾ ਦੁੱਖ ਤਾਂ ਦਿਖ ਰਿਹਾ ਪਰ ਤੁਹਾਨੂੰ ਮੇਰੇ ਬੇਟੇ ਦਾ ਦੁੱਖ ਨਹੀਂ ਦਿਖ ਰਿਹਾ ਜੇ ਇਹਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰਾਂਗੀ ਮੈਂ ਸਾਰੀ ਉਮਰ ਇਹਨੂੰ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਾਂਗੀ ਤਾਂ ਉਹਦੀ ਸੱਸ ਉਹਦੇ ਨਾਲ ਬੈਸਣ ਲੱਗ ਗਈ ਕਿ ਤੂੰ ਮੇਰੀ ਧੀ ਦੀ ਸੇਵਾ ਨਹੀਂ ਕਰ ਸਕਦੀ ਉਹ ਗਰਭਵਤੀ ਆ ਉਹ ਕੋਸ਼ ਦੇ ਨਾਲ ਹੀ ਇੱਥੇ ਆਈ ਆ ਤੋ ਉਹਨੂੰ ਦੇਖ ਕੇ ਜਰਤੀ ਨਹੀਂ ਆ ਤਾਂ ਜਿਹੜੀ 700 ਬਿਨਾ ਵਜਾ ਹੀ ਆਪਣੇ ਨੂੰ ਨਾਲ ਲੜਨ ਲੱਗੀ ਜਦ ਕਿ ਜਿਹੜੀ ਸਿਮਰਨ ਉਹ ਵੀ ਆਪ ਤੋਂ 1 ਮਹੀਨਾ ਹੋ ਗਿਆ ਇੱਥੇ ਆ ਕੇ ਬੈਠੀ ਸੀ ਆਪਣੇ ਸੱਸ ਨਾਲ ਲੜ ਕੇ ਉਹਦਾ ਸੁਭਾਅ ਬਹੁਤ ਬੁਰਾ ਸੀਗਾ ਆਪਣੀ ਸੱਸ ਨਾਲ ਨੰਦ ਨਾਲ ਹਮੇਸ਼ਾ ਝਗੜਦੀ ਰਹਿੰਦੀ ਸੀ ਪਰ ਜਿਹੜੀ ਹਾਰਮਨ ਬਹੁਤ ਹੀ ਮਿਹਨਤੀ ਤੇ ਬਹੁਤ ਹੀ ਲਾਇਕ ਕੁੜੀ ਸੀਗੀ ਤਾਂ ਜਦੋਂ ਲੜਾਈ ਹੋ ਰਹੀ ਸੀ ਉਹਦੇ ਵਿੱਚ ਹੀ ਸਿਮਰਨ ਦੇ ਘਰ ਵਾਲੇ ਦਾ ਫੋਨ ਆ ਰਿਹਾ ਸੀਗਾ ਉਹਦੇ ਆਨੰਦ ਦੇ ਘਰ ਵਾਲੇ ਦਾ ਤਾਂ ਉਹਨੇ ਦੇਖ ਲੈ ਕੇ ਘਰ ਚ ਬਹੁਤ ਸੁਣ ਲੈ ਕੇ ਘਰ ਚ ਬਹੁਤ ਸ਼ੋਰ ਸ਼ਰਾਬਾ ਹੋ ਰਿਹਾ ਤਾਂ ਉਹ ਸਮਝ ਗਿਆ ਕਿ ਸ਼ਾਇਦ ਘਰ ਦੇ ਵਿੱਚ ਕੋਈ ਗੱਲ ਹੋ ਰਹੀ ਆ ਤਾਂ ਉਹਨੇ ਸੋਚਿਆ ਕਿ ਮੈਂ ਜਾ ਕੇ ਹੀ ਉੱਥੇ ਦੇਖਦਾ ਕੀ ਹੋਇਆ ਵਾ ਉਹ ਇੰਨਾਕ ਤਾਂ ਸਮਝ ਗਿਆ ਸੀ ਕਿ ਗੱਲ ਕੋਈ ਸਿਮਰਨ ਤੋਂ ਹੋ ਰਹੀ ਆ ਕਿਉਂਕਿ ਉਹ ਸਿਮਰਨ ਦੇ ਸੁਭਾਅ ਤੋਂ ਬਹੁਤ ਜਾਣੂ ਸੀ ਉਹਨੂੰ ਪਤਾ ਸੀ ਕਿ ਇਹਦੇ ਕਰਕੇ ਕੋਈ ਲੜਾਈ ਹੋਈ ਹੋਵੇਗੀ ਜਦੋਂ ਉਹ ਘਰ ਦੇ ਕੋਲ ਪਹੁੰਚਿਆ ਤਾਂ ਉਹ ਗੇਟ 'ਚ ਖੜ ਕੇ ਸੁਣਿਆ ਕਿ ਜਿਹੜੀ ਸਿਮਰਨ ਦੀ ਮਾਂ ਵਾ ਉਹਦੀ ਸੱਸ ਹੈ ਉਹ ਆਪਣੀ ਨੰਨੂ ਦੇ ਨਾਲ ਲੜ ਰਹੀ ਸੀ ਬਟ ਖਾਣਾ ਬਣਾਉਣ ਪਿੱਛੇ ਤਾਂ ਉਹਨੇ ਕਿਹਾ ਕਿ ਤੁਸੀਂ ਭਾਬੀ ਨੂੰ ਕਿਉਂ ਤੰਗ ਕਰ ਰਹੇ ਹੋ ਸਿਮਰਨ ਦੇ ਘਰ ਵਾਲੇ ਨੇ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਭਾਬੀ ਨੂੰ ਕਿਉਂ ਤੰਗ ਕਰ ਰਹੇ ਹੋ ਵਿਚਾਰੀ ਸਾਰਾ ਦਿਨ ਇੰਨਾ ਕੰਮ ਕਰਦੀ ਹੈ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦੀ ਹੈ ਜੇ ਅੱਜ ਉਹਦਾ ਬੇਟਾ ਬਿਮਾਰ ਆ ਤੁਸੀਂ ਦਵਾਈ ਦਿਵਾਉਣ ਦੀ ਬਜਾਏ ਉਹਨੂੰ ਫਰਮਾਇਸ਼ਾਂ ਦੇ ਰਹੇ ਹੋ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ ਉਹ ਹਮੇਸ਼ਾ ਅੱਗੇ ਵੀ ਤਾਂ ਤੁਹਾਨੂੰ ਬਣਾ ਕੇ ਲਿਆ ਕੇ ਦਿੰਦੀ ਆ ਪਰ ਸੱਸ ਨੇ ਆਪਣੇ ਦਮਾਦ ਦੀ ਵੀ ਕੋਈ ਗੱਲ ਨਹੀਂ ਸੁਣੀ ਉਹ ਆਪਣੀ ਸਨੋਂ ਦੇ ਨਾਲ ਬਹਿਸ ਦੀ ਰਹੀ ਤਾਂ ਆਖਰ ਨੋ ਨੇ ਵੀ ਅੱਕ ਕੇ ਵਿਚਾਰੀ ਨੇ ਕਿਹਾ ਕਿ ਮੈਥੋਂ ਨਹੀਂ ਬੰਦਾ ਉਹਨੇ ਸੋਚਿਆ ਕਿ ਜਦੋਂ ਮੈਂ ਗਰਭਵਤੀ ਸੀ ਤੇ ਉਦੋਂ ਮੇਥੋਂ ਸਾਰਾ ਘਰ ਦਾ ਕੰਮ ਕਰਵਾਉਂਦੇ ਸੀ ਮੈਨੂੰ ਕਹਿੰਦੇ ਸੀ ਕਿ ਜੇ ਤੂੰ ਹੱਥ ਪੈਰ ਚਲਾਏਂਗੀ ਬੱਚਾ ਵੀ ਸਵਸਥ ਹੋਊਗਾ ਤੇ ਅੱਜ ਆਪਣੀ ਧੀ ਨੂੰ ਬੈੜ ਤੋਂ نیچے ਪੈਰ ਵੀ ਨਹੀਂ ਲਾਉਣ ਦਿੰਦੇ ਮੈਂ ਵੀ ਤਾਂ ਕਿਸੇ ਦਿਤੀ ਸੀ ਪਰ ਉਹਨੇ ਇਸ ਗੱਲ ਦਾ ਈਰਖਾ ਨਹੀਂ ਕੀਤਾ ਅੱਜ ਉਹਦਾ ਕਾਰਨ ਸੀ ਕਿ ਉਹਦਾ ਬੱਚਾ ਬਹੁਤ ਬਿਮਾਰ ਸੀ ਜਿਹਦੇ ਕਰਕੇ ਉਹਦਾ ਕੁਝ ਵੀ ਬਣਾਉਣ ਨੂੰ ਦਿਲ ਨਹੀਂ ਸੀ ਕਰਿਆ ਤਾਂ ਫਿਰ ਸਿਮਰਨ ਦੇ ਘਰ ਵਾਲਿਆਂ ਨੇ ਕਿਹਾ ਕਿ ਪੱਬੀ ਚਾਲ ਆਪਾਂ ਬੇਟੇ ਨੂੰ ਦਵਾਈ ਦਿਵਾ ਕੇ ਲੈ ਕੇ ਆਉਣੇ ਆ ਇਹਨਾਂ ਦਾ ਤਾਂ ਆਹੀ ਕੁਝ ਚੱਲਦਾ ਹੀ ਰਹਿਣਾ ਤਾਂ ਨਾਲ ਹੀ ਉਹ ਸਿਮਰਨ ਨੂੰ ਕਹਿ ਗਿਆ ਕਿ ਤੂੰ ਜਲਦੀ ਜਲਦੀ ਬੈਕਪੈਕ ਕਰ ਲੈ ਮੈਂ ਤੈਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗਾ ਤੂੰ ਇਹਨਾਂ ਦੇ ਉੱਪਰ ਕਿਉਂ ਬੋਝ ਬਣੀ ਹੈ ਉਹਨਾਂ ਦੇ ਘਰ 'ਚ ਕਿਉਂ ਲੜਾਈ ਪਵਾ ਰਹੀ ਹੈ ਤੇਰਾ ਚੰਗਾ ਭਲਾ ਆਪਣਾ ਘਰ ਹੈਗਾ ਤੂੰ ਉੱਥੇ ਚੱਲ ਇਹ ਸੁਣ ਕੇ ਸਿਮਰਨ ਦੀ ਮਾਂ ਥੋੜੀ ਜਿਹੀ ਉਦਾਸ ਹੋਈ ਕਿ ਮੇਰੀ ਧੀ ਨੂੰ ਲੈ ਕੇ ਜਾ ਰਿਹਾ ਪਰ ਉਹਨੂੰ ਥੋੜਾ ਜਿਹਾ ਅਹਿਸਾਸ ਹੋ ਗਿਆ ਕਿ ਮੈਂ ਆਪਣੀ ਧੀ ਦਾ ਸਾਥ ਦਿੰਦੀ ਦਿੰਦੀ ਆਪਦੀ ਨੂੰ ਦੇ ਨਾਲ ਜਿਹੜਾ ਵੈਰ ਪਾ ਰਹੀ ਆ ਤੇ ਉਹਨੂੰ ਹੀ ਆਪਦੀ ਗਲਤੀ ਅਹਿਸਾਸ ਹੋਣ ਲੱਗੀ ਤਾਂ ਉਹਨੇ ਆਪਣੇ ਧੀ ਨੂੰ ਕਿਹਾ ਕਿ ਧੀ ਚੱਲ ਤੂੰ ਆਪਣੇ ਘਰ ਸਾਡਾ ਰਿਸ਼ਤਾ ਕਿਉਂ ਖਰਾਬ ਕਰ ਰਹੀ ਏ ਤੂੰ ਆਪਣੇ ਘਰ ਹੱਸਦੇ ਵਾਸਤੇ ਰਹਿ ਅਸੀਂ ਆਪਣੇ ਘਰ ਹੱਸਦੇ ਵਾਸਤੇ ਰਹੀਏ ਤੇ ਅੱਗੇ ਉਹਨਾਂ ਦੇ ਘਰ ਦਾ ਮਾਹੌਲ ਅੱਗੇ ਨਾਲੋਂ ਕਾਫੀ ਫਰਕ ਆ ਕਿਉਂਕਿ ਉਹਨੂੰ ਹੀ ਅਹਿਸਾਸ ਹੋਣ ਲੱਗਿਆ ਉਹਦੀ ਸੱਸ ਨੂੰ ਕਿ ਮੈਂ ਆਪਣੀ ਨੂੰਹ ਨਾਲ ਜ਼ਿਆਦਾ ਹੀ ਬਦਸਲੂਕ ਵਾਲਾ ਸਲੂਕ ਕਰ ਰਹੀ ਆ ਤੇ ਮੈਨੂੰ ਵੀ ਆਪਣੀ ਨੂੰਹ ਨਾਲ ਪਿਆਰ ਵਾਲੀ ਭਾਵਨਾ ਨਾਲ ਪੇਸ਼ ਆਉਣਾ ਚਾਹੀਦਾ ਤਾਜੋ ਉਹ ਵੀ ਮੈਨੂੰ ਓਨਾ ਹੀ ਪਿਆਰ ਦੇਵੇ ਜਿੰਨਾ ਉਹ ਆਪਣੀ ਮਾਂ ਨੂੰ ਦਿੰਦੀ ਆ ਜੇਕਰ ਅਸੀਂ ਰਲ ਮਿਲ ਕੇ ਰਵਾਂਗੇ ਤਾਂ ਅਸੀਂ ਮਾਵਾਂ ਧੀਆਂ ਬਣ ਕੇ ਹੀ ਰਹਾਂਗੀਆਂ ਤਾਂ ਇਥੇ ਸਾਰੀਆਂ ਸੱਸਾਂ ਨੋਹਾਂ ਤੇ ਨਨਾਂ ਨੂੰ ਇਹ ਸਿੱਖਣਾ ਚਾਹੀਦਾ ਕਿ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਤਾਂ ਜੋ ਕਿਸੇ ਦੇ ਘਰ 'ਚ ਵੀ ਕੋਈ ਲੜਾਈ ਨਾ ਪਵੇ ਧੰਨਵਾਦ ਜੀ